ਤੁਸੀਂ ਦੇਖ ਰਹੇ ਹੋ ਐਮਐਸਟੱਬ ਜੁਸਟ ਸਟੱਡੀ ਫਾਰ ਜੌਬ ਔਰ ਗੱਲ ਕਰਾਂਗੇ TGT PGTE ਐਂਡ PRT ਦੀਆਂ ਕੁਝ ਟੀਚਰ ਸਾਮੀਆਂ ਜੋ ਕਿ ਰੇਲਵੇ ਡਿਪਾਰਟਮੈਂਟ ਦੇ ਵਿੱਚ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਸਿੱਧੀ ਬਾਕੇ ਨੇ ਇੰਟਰਵਿਊ ਹੈਗੀ ਐ ਇਸਦੇ ਵਾਸਤੇ ਔਰ ਕੋਈ ਟੈਸਟ ਕੋਈ ਐਗਜ਼ਾਮ ਨਹੀਂ ਰੱਖਿਆ ਗਿਆ ਦੇਖਦੇ ਹੋ ਪੋਸਟ ਗ੍ਰੈਜੂਏਟਲੀ ਛੇ ਸਾਮੀ ਹੈਗੀ ਐ ਜੀਓਲੋਜੀ ਦੇ ਵਿੱਚ ਜਿਹੜੀ ਐ ਦੇਖ ਸਕਦੇ ਹੋ ਐਸੀ ਲਈ ਇੱਕ ਹੋਏਗੀ ਔਰ ਓਬਵੀਅਸਲੀ ਬਾਇਓਲੋਜੀ ਦੇ ਵਿੱਚ ਇੱਕ ਹੋਏਗੀ ਇਸ ਤਰ੍ਹਾਂ ਜਰਨਲ ਦੇ ਲਈ ਜਿਹੜਾ ਇੱਕ 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 ਇਸ ਤਰ੍ਹਾਂ ਤਿੰਨ ਸਾਮੀਆਂ ਪੂਲ ਸਾਇੰਸ ਅਸ਼ਾਮੀ ਦੇ ਵਿੱਚ ਔਰ ਇਕਨੋਮਿਕਸ ਦੇ ਵਿੱਚ ਇੱਕ ایਵੀ ای ਡਬਲਯੂ ਐਸਲੀ ਹਿਸਟਰੀ ਦੇ ਵਿੱਚ ਹੋਏਗੀ ਠੀਕ ਹੈ ਇਸ ਤਰ੍ਹਾਂ ਜਿਹੜੀ ਪੋਸਟ ਆ ਗਈ ਹੈ ਇਸ ਤਰ੍ਹਾਂ ਟੀਜੀਟੀ ਟ੍ਰੇਨਡ ਗ੍ਰੈਜੂਏਟ ਟੀਚਰ ਵਾਸਤੇ ਜਿਹੜਾ ਤਿੰਨ ਸਾਮੀਆਂ ਹੋਣਗੀਆਂ ਇੱਕ ਪੀ ਪੀਟੀਆਈ ਦੀ ਓਬੀਸੀਲੀ ਹੋਏਗੀ ਔਰ ਜਨਰਲੀ ਇੱਕ ਹਿੰਦੀ ਦੀ ਹੋਏਗੀ ਈਡਬਲਯੂ ਐਸਲੀ ਇੱਕ ਹਿੰਦੀ ਦੀ ਹੋਏਗੀ ਇਸ ਤਰ੍ਹਾਂ ਪ੍ਰਾਇਮਰੀ ਟੀਚਰ ਦੀ ਜਿਹੜੀ ਇੰਗਲਿਸ਼ ਮੀਡੀਅਮ ਦੇ ਵਿੱਚ ਇੱਕ ਵੈਕੈਂਸੀ ਇੰਗਲਿਸ਼ ਦੀ ਹੋਏਗੀ ਠੀਕ ਹੈ ਅ ਇੰਗਲਿਸ਼ ਮੀਡੀਅਮ ਦੇ ਵਿੱਚ ਉਸ ਤੋਂ ਬਾਅਦ ਫੇਰ ਇੰਗਲਿਸ਼ ਮੀਡੀਅਮ ਇੰਗਲਿਸ਼ ਮੀਡੀਅਮ ਠੀਕ ਹੈ ਔਰ ਪੋਸਟ ਗ੍ਰੈਜੂਏਟ ਦੀ ਇੱਕ ਟੀਚਰ ਦੀ ਵੈਕੈਂਸੀ ਹੈਗੀ ਆ ਜੋ ਕਿ ਬਿਜ਼ਨਸ ਸਟੱਡੀ ਦੇ ਵਿੱਚ ਜਰਨਲ ਦੇ ਜਰਨਲ ਦੇ ਲਈ ਹੀ ਇਕੱਲੀ ਹੋਏਗੀ ਇਸ ਤਰ੍ਹਾਂ TGT ਦੀ ਹੋਰ ਚਾਰ ਵੈਕੈਂਸੀ ਹੈਗੀਆਂ ਠੀਕ ਹੈ ਔਰ SC ਦੇ ਲਈ ਜਿਹੜੇ ਇੱਕ ਹੋਏਗੀ PTI ਦੀ ਔਰ ਇੱਕ ਹਿੰਦੀ ਦੀ ਹੋਏਗੀ ਇੱਕ 뮤직 ਸਿੰਗ ਦੀ STD ਲਈ ਹੋਏਗੀ ਇਸ ਤਰ੍ਹਾਂ OBC ਲਈ ਜਿਹੜਾ ਹੋਏਗੀ ਇਸ ਨੂੰ ਦੀ ਅ ਬਾਇਓਸਾਇੰਸ ਦੇ ਵਿੱਚ ਇੱਕ ਹੋਏਗੀ ਔਰ ਜਿਓਗ੍ਰਾਫੀ ਦੇ ਵਿੱਚ ਹੋਗੀ ਇੰਗਲਿਸ਼ ਦੇ ਵਿੱਚ ਇੱਕ ਹੋਏਗੀ ਠੀਕ ਆ ਪਿਓਰ ਸਾਇੰਸ ਦੇ ਵਿੱਚ ਦੋ ਹੋਏਗੀ ਜਰਨਲ ਦੇ ਲਈ ਔਰ ਪੀਟੀਆਈ ਦੇ ਇੱਕ ਫਾਈਨ ਆਰਟਸ ਵਿੱਚ ਇੱਕ ਕੰਪਿਊਟਰ ਵਿੱਚ ਇੱਕ ਇੰਗਲਿਸ਼ ਦੇ ਵਿੱਚ ਇੱਕ ਸਾਮੀ ਦੇ ਵਿੱਚ ਇੱਕ ਡਾਂਸ ਸ਼ਤਰੀਆ ਦੇ ਵਿੱਚ ਇੱਕ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਮੀਆਂ ਜਿਹੜੀਆਂ ਇਹ ਟੀਜੀਟੀ ਪੀਟੀ ਔਰ ਪੀਆਰਟੀ ਤਿੰਨੋਂ ਹੀ ਤਰ੍ਹਾਂ ਦੀਆਂ ਸਾਮੀਆਂ ਜਿਹੜੀਆਂ ਇੱਥੇ ਦਿੱਤੀਆਂ ਗਈਆਂ ਨੇ ਔਰ ਸੈਲਰੀ ਇੱਥੇ ਕੀ ਰਹੇਗੀ ਤੁਸੀਂ ਦੇਖ ਸਕਦੇ ਹੋ ਜਿਹੜੀ ਸੈਲਰੀ ਰਹੇਗੀ 27000 500 ਪ੍ਰਤੀ ਮਹੀਨੇ ਲਈ ਪੀਜੀਟੀ ਲਈ ਰਹੇਗੀ ਔਰ ਟੀਜੀਟੀ ਲਈ ਰਹੇਗੀ 26000 250 ਪੇ ਔਰ पीआरटी ਲਈ ਜਿਹੜੀ ਸੈਲਰੀ ਰਹੇਗੀ 21250 ਰੁਪਏ ਔਰ ਆਨਲਾਈਨ ਅਪਲਾਈ ਨਹੀਂ ਹੋਏਗਾ ਬਿਲਕੁਲ ਜਿਹੜਾ ਤੁਮ ਦੱਸਦੀਏ ਕਿ ਇਹ ਜਿਹੜਾ ਆਫਲਾਈਨ ਹੀ ਜਿਹੜਾ ਅਪਲਾਈ ਹੋਵੇਗਾ ਠੀਕ ਹੈ ਜੀ ਆਫਲਾਈਨ ਹੀ ਜਿਹੜਾ ਇਸ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਦੇਖ ਸਕਦੇ ਹੋ ਤੁਸੀਂ ਦੇ ਵਿੱਚ ਜਿਹੜਾ ਪਰਫਾਰਮਾ ਕਿੰਨਾ ਪੜਨਾ ਹੋਏਗਾ ਠੀਕ ਹੈ ਔਰ ਕੰਟਰੈਕਟ بیس ਹੋਏਗਾ ਰੈਗੂਲਰ ਜੌਬ ਨਹੀਂ ਹੋਏਗੀ ਔਰ ਤੁਹਮੈਂ ਦਿਖਾ ਦਿੰਦਾ ਇਹ ਨੌਰਥ ਰੇਲਵੇ ਦੇ ਵਿੱਚ ਜਿਹੜੀ ਵੈਕੈਂਸੀ ਆਈ ਹੋਈ ਹੈ ਕੁਆਲਿਫੀਕੇਸ਼ਨ ਤੁਸੀਂ ਇਹਨਾਂ ਦੇ ਵੀਡੀਓ ਨੂੰ ਪੋਜ਼ ਕਰਕੇ ਦੇਖ ਸਕਦੇ ਹੋ ਔਰ ਜੇਕਰ ਗੱਲ ਕੀਤੀ ਹੈ ਤਾਂ ਪ੍ਰਾਇਮਰੀ ਟੀਚਰ ਲਈ ਜਿਹੜਾ ਗ੍ਰੈਜੂਏਸ਼ਨ ਜਿਹੜੀ ਮੰਗੀ ਗਈ ਔਰ ਪੰਜਾਬ ਸੈਂਟਰ ਮਾਰਕਸ ਬੀਐਡ ਦੇ ਵਿੱਚ ਹੈਗੇ ਤਾਂ ਵੀ ਅਪਲਾਈ ਕਰ ਸਕਦੇ ਹੋ ਔਰ ਜਿਹੜਾ ਡਿਪਲੋਮਾ ਐਂਡ ਐਲੀਮੈਂਟਰੀ ਵਿੱਚ ਹੈਗਾ ਤਾਂ ਵੀ ਪਾਸ ਕਰ ਸਕਦੇ ਹੋ ਪ੍ਰਾਇਮਰੀ ਟੀਚਰ ਲਈ ਅਪਲਾਈ ਕਰ ਸਕਦੇ ਹੋ ਔਰ ਟੈਟ ਇਗਜ਼ਾਮ ਐਨਸੀਟੀਸੀ ਦੁਆਰਾ ਜਿਹੜਾ ਪਾਸ ਹੋਣਾ ਲਾਜ਼ਮੀ ਹੈਗਾ ਔਰ ਟੀਜੀਟੀ ਸਾਮੀ ਲਈ ਜਿਹੜਾ ਤੁਹਾਡੇ ਕੋਲ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਹੈ ਔਰ ਟੈਟ ਵੀ ਪਾਸ ਹੋਣਾ ਚਾਹੀਦਾ ਹੈ ਔਰ ਕੁਝ ਹੋਰ ਆਪਸ਼ਨਾਂ ਜਿਹੜੀਆਂ ਦਿੱਤੀਆਂ ਗਈਆਂ ਤੁਸੀਂ ਉਹ ਵੀ ਦੇਖ ਸਕਦੇ ਹੋ ਔਰ ਵੀਡੀਓ ਨੂੰ ਪੋਜ਼ ਕਰਕੇ ਖੁਦ ਪੜ ਸਕਦੇ ਹੋ ਪੋਸਟ ਗ੍ਰੈਜੂਏਟਲੀ ਜਾਂ ਬੀਐਡ ਜਿਹੜਾ ਸਬੰਧਤ ਸਬਜੈਕਟ ਦੇ ਵਿੱਚ ਹੈਗੀ ਹੈ ਤਾਂ ਵੀ ਇਸ ਪੋਸਟ ਲਈ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਔਰ ਇਸ ਪੋਸਟ ਲਈ ਜਿਹੜਾ ਤੁਸੀਂ ਦੇਖ ਸਕਦੇ ਹੋ ਵਾਕ ਇਨ ਇੰਟਰਵਿਊ ਹੈਗੀ ਹੈ ਸਿੱਧੀ ਔਰ ਗਸਟ ਆਫਿਸ ਸਰ ਤੋਂ ਜਿਹੜਾ ਤੁਹਾਡੀ ਸਰਟੀਫਿਕੇਟ ਜਿਹੜਾ ਅਰੀਜਨਲ ਜਿਹੜਾ ਟੈਸਟ ਹੋਣੀ ਚਾਹੀਦੀ ਆ ਦੋ ਜਿਹੜੀ ਹੈ ਰੀਸੈਂਟ ਫੋਟੋ ਜਿਹੜੀ ਤੁਹਾਨੂੰ ਨਾਲ ਲੈ ਕੇ ਜਾਣੀ ਪਣੀ ਹੈ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈਗੀ ਹੈ ਇਸ ਤੇ ਆ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਔਰ ਇਹ ਫਾਰਮ ਜਿਹੜਾ ਤੁਸੀਂ ਭਰਨਾ ਹੋਵੇਗਾ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਵਾਲਾ ਪਰਫਾਰਮਾ ਜਿਹੜਾ ਤੁਹਾਨੂੰ ਫਿਲ ਕਰਨਾ ਹੋਵੇਗਾ ਠੀਕ ਹੈ ਜੀ ਆਸਕੇ ਵੀਡੀਓ ਬੜੀ ਲੱਗੀ ਤੇ ਪਲੀਜ਼ ਲਾਈਕ ਸ਼ੇਅਰ ਜਰੂਰ ਕਰ ਦਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲਈ